ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਜੇਲ ਬਾਰਡਰ ਦਾ ਜੋ 28 ਤਰੀਕ ਨੂੰ ਈਵਨਿੰਗ ਸ਼ਿਫਟ ਦੇ ਵਿੱਚ ਪੇਪਰ ਹੋਇਆ ਸੀ ਉਸ ਦੇ ਜੀਕੇ ਪੰਜਾਬ ਜੀਕੇ ਕਰੰਟ ਅਫੇਅਰਸ ਅਤੇ ਕਨਸਟੀਟਿਊਸ਼ਨ ਦੇ ਕੁਐਸਚਨ ਕਰਵਾਉਂਗਾ ਠੀਕ ਹੈ ਸਾਰੇ ਜਾਨੇ ਵੀਡੀਓ ਨੂੰ ਧਿਆਨ ਨਾਲ ਦੇਖਿਓ ਠੀਕ ਹੈ ਜਿਨ੍ਹਾਂ ਨੇ ਵੀ ਅੱਗੇ ਹੋਰ ਪੰਜਾਬ ਪੁਲਿਸ ਦੇ ਜਾਂ ਕੋਈ ਵੀ ਹੋਰ ਪੰਜਾਬ ਦਾ ਪੇਪਰ ਦੇਣਾ ਹੈ ਕਨਸਟੇਬਲ ਵਾਲੇ ਖਾਸ ਤੌਰ ਤੇ ਧਿਆਨ ਨਾਲ ਦੇਖਣ ਕਿਉਂਕਿ ਇਹਨਾਂ ਵਿੱਚੋਂ ਹੋ ਸਕਦਾ ਤੁਹਾਨੂੰ ਕੋਈ ਨਾ ਕੋਈ ਕੁਐਸਚਨ ਰਿਪੀਟ ਹੋ ਜੇ ਪੇਪਰ ਦੇ ਵਿੱਚ ਠੀਕ ਹੈ ਚਲੋ ਆਪਾਂ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਟੈਲੀਗ੍ਰam ਦੇ ਉੱਤੇ ਜੀਕੇ ਫੈਕਟਸ ਚੈਨਲ ਨੂੰ ਸਰਚ ਕਰ ਲਿਓ ਉਸ ਦੇ ਉੱਤੇ ਤੁਹਾਨੂੰ ਇਸ ਪੇਪਰ ਦੀ ਪੀਡੀਐਫ ਵੀ ਮਿਲ ਜਾਏਗੀ ਔਰ ਇੰਪੋਰਟੈਂਟ ਇਨਫੋਰਮੇਸ਼ਨ ਮੈਂ ਉਸ ਦੇ ਉੱਤੇ ਪਾਉਣਾ ਹੈ ਠੀਕ ਹੈ 81 ਨੰਬਰ ਕੁਐਸਚਨ ਹੈ ਟੋਟਲ 40 ਕੁਐਸਚਨ ਹੈ ਇਹ ਕੇਂਦਰੀ ਮੰਤਰੀ ਮੰਡਲ ਵਿੱਚ ਡੈਸ਼ ਸ਼ਾਮਿਲ ਹੁੰਦੇ ਹਨ ਕੀ ਕੀ ਸ਼ਾਮਿਲ ਹੁੰਦਾ ਹੈ ਇਸ ਦਾ ਆਨਸਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਆਸਾਨ ਕੁਐਸਚਨ ਹੈ অপਸ਼ਨ ਡੀ ਕੈਬਨਿਟ ਮੰਤਰੀ ਰਾਜ ਮੰਤਰੀ ਅਤੇ ਉਪ ਮੰਤਰੀ ਨੈਕਸਟ ਕੁਐਸਚਨ ਆਪਣੇ ਕੋਲ ਮਸ਼ਹੂਰ ਸ਼ਾਇਰੀ ਮੱਕੇ ਗਏ ਗੱਲ ਮੁੱਕਦੀ ਨਹੀਂ ਕਿਸ ਨੇ ਲਿਖੀ ਬੁੱਲੇ ਸ਼ਾ ਠੀਕ ਹੈ ਕਾਫੀ ਸਾਨ ਕੁਐਸਚਨ ਹੈ ਵੀ ਪੰਜਾਬ ਜੀ ਕੇ ਦਾ ਨੈਕਸਟ ਕੁਐਸਚਨ ਆਪਣੇ ਕੋਲ ਭਾਰਤ ਦਾ ਜਿਹੜਾ ਰਾਸ਼ਟਰਪਤੀ ਹੈ ਉਸਦੇ ਅਹੁਦਾ ਜੇ ਖਾਲੀ ਹੋਵੇ ਤਾਂ ਉਸ ਨੂੰ ਕਿੰਨੇ ਟਾਈਮ ਦੇ ਵਿੱਚ ਭਰਿਆ ਜਾਣਾ ਚਾਹੀਦਾ ਹੈ 6 ਮਹੀਨੇ ਠੀਕ ਹੈ 6 ਮਹੀਨੇ ਦੇ ਅੰਦਰ ਅੰਦਰ ਭਰਿਆ ਜਾਣਾ ਚਾਹੀਦਾ ਹੈ অপਸ਼ਨ ਬੀ ਰਾਈਟ ਆਨਸਰ ਹੋ ਜਾਏਗਾ ਠੀਕ ਹੈ ਨੈਕਸਟ ਆਪਣੇ ਕੋਲ 84 ਨੰਬਰ ਕੁਐਸਚਨ 8 ਲਿਖਿਆਂ ਵਿੱਚੋਂ ਕਿਹੜਾ ਜ਼ਿਲ੍ਹਾ ਦੁਆਬੇ ਖੇਤਰ ਦੇ ਅਧੀਨ ਨਹੀਂ ਆਉਂਦਾ ਦੁਆਬੇ ਦੇ ਅਧੀਨ ਕਿਹੜਾ ਨਹੀਂ ਆਉਂਦਾ ਇਸ ਦਾ ਰਾਈਟ ਆਨਸਰ ਹੈ ਲੁਧਿਆਣਾ ਠੀਕ ਹੈ ਜੋ ਲੁਧਿਆਣਾ ਇਸ ਦਾ ਰਾਈਟ ਆਨਸਰ ਹੋ ਜਾਏਗਾ অপਸ਼ਨ B ਭਾਰਤ ਵਿੱਚ ਪਹਿਲਾ ਨਗਰ ਨਿਗਮ ਕਿੱਥੇ ਸਥਾਪਿਤ ਕੀਤਾ ਗਿਆ ਸੀ ਇਸ ਦਾ ਆਨਸਰ ਹੋ ਜਾਏਗਾ অপਸ਼ਨ B ਕਲਕੱਤਾ ਨੈਕਸਟ ਆਪਣੇ ਕੋਲ ਇਕਵਲ ਪੇ ਇਕਵਲ ਵਰਕ ਡੈਸ਼ ਨਾਲ ਸੰਬੰਧਿਤ ਹੈ ਇਸ ਦਾ ਸਹੀ ਉੱਤਰ ਬਣਦਾ ਹੈ অপਸ਼ਨ ਸੀ ਨਿਰਦੇਸ਼ਕਾ ਸੰਧਾਨਤ ਜੇ ਤੁਹਾਨੂੰ ਕਿਸੇ ਕੁਐਸਚਨ ਚ ਡਾਊਟ ਲੱਗਦਾ ਹੈ ਤਾਂ ਕਮੈਂਟ ਕਰ ਦਿਓ ਠੀਕ ਹੈ ਵੈਸੀ ਤਾਂ ਮੈਂ ਇਹ ਕੁਐਸਚਨ ਵੈਰੀਫਾਈ ਕੀਤੇ ਹੋਏ ਆ ਫਿਰ ਵੀ ਜੇ ਕਿਸੇ ਕੁਐਸਚਨ ਚ ਕੋਈ ਤੁਹਾਨੂੰ ਲੱਗਿਆ ਕਿ ਇਸ ਦਾ ਆਨਸਰ ਇਹ ਹੋਣਾ ਚਾਹੀਦਾ ਕਮੈਂਟ ਕਰ ਦਿਓ ਰਾਈਟ ਆਨਸਰ ਮੈਂ ਪਿੰਨ ਕਰ ਦੂੰਗਾ ਕਮੈਂਟ ਦੇ ਵਿੱਚ ਉੱਥੇ ਦੇਖ ਲਿਓ ਬਾਕੀ ਆਨਸਰ ਕਿਸ ਪੇਪਰ ਦੀ ਆ ਜਾਣੀ ਹੈ ਫਿਰ ਸਹੀ ਆਨਸਰ ਤੁਹਾਨੂੰ ਜੋ ਵੀ ਹੋਏਗਾ ਪਤਾ ਲੱਗ ਹੀ ਜਾਣਾ ਕਮੇਟੀ ਆਫ ਕਮਰਸ ਦੇ ਚੇਅਰਮੈਨ ਕੌਣ ਨਾਮਜ਼ਦ ਕਰਦਾ ਹੈ 87 ਨੰਬਰ ਦਾ ਸਹੀ ਆਨਸਰ ਹੈ অপਸ਼ਨ A ਲੱਗ ਰਿਹਾ ਮੈਨੂੰ ਇਸ ਦੇ ਵਿੱਚ ਡਾਊਟ ਹੈ ਠੀਕ ਹੈ ਬਾਕੀ ਤੁਸੀਂ ਦੱਸਿਓ ਇਸ ਦਾ ਕੀ ਆਨਸਰ ਹੋ ਸਕਦਾ ਹੈ ਮੇਰੇ ਸਾਬ ਨਾਲ A ਆਨਸਰ ਹੋਣਾ ਚਾਹੀਦਾ 8 ਲਿਖਿਆਂ ਵਿੱਚੋਂ ਕਿਸ ਖੇਡ ਨਾਲ ਸૈયਦ ਲਾਲ ਛਾਹ ਬੁਖਾਰੀ ਜੁੜਿਆ ਹੋਇਆ ਹੈ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਸੀ hockey ਨੈਕਸਟ ਹੈ ਆਪਣੇ ਕੋਲ ਪਹਿਲਾ ਵਿੱਤ ਕਮਿਸ਼ਨ ਕਦੋਂ ਗਠਿਤ ਕੀਤਾ ਗਿਆ ਸੀ 89 ਦਾ ਰਾਈਟ ਆਨਸਰ ਹੈ ਆਪਸ਼ਨ ਬੀ 1951 ਦੇ ਵਿੱਚ ਠੀਕ ਹੈ ਨੈਕਸਟ ਹੈ ਆਪਣੇ ਕੋਲ ਭਾਰਤੀ ਸੰਵਿਧਾਨ ਵਿੱਚ ਵਰਤਮਾਨ ਵਿੱਚ ਕਿੰਨੇ ਮੌਲਿਕ ਅਧਿਕਾਰ ਸ਼ਾਮਿਲ ਕੀਤੇ ਗਏ ਸਨ ਕੀਤੇ ਗਏ ਹਨ ਇਸ ਦਾ ਸਹੀ ਉੱਤਰ ਬਣਦਾ ਹੈ ਆਪਸ਼ਨ ਸੀ 6 6 ਮੌਲਿਕ ਅਧਿਕਾਰ ਸ਼ਾਮਿਲ ਕੀਤੇ ਗਏ ਹਨ ਰਾਜਪਾਲ ਉਦੋਂ ਆਰਡੀਨੈਂਸ ਜਾਰੀ ਕਰ ਸਕਦੇ ਹਨ ਜਦੋਂ ਕਦੋਂ ਜਾਰੀ ਕਰ ਸਕਦੇ ਆ ਇਸ ਦਾ ਰਾਈਟ ਆਨਸਰ ਬਣਦਾ ਹੈ ਆਪਣੇ ਕੋਲ ਆਪਸ਼ਨ ਸੀ ਰਾਜ ਵਿਧਾਨ ਸਭਾ ਵਿੱਚ ਸੈਸ਼ਨ ਨਹੀਂ ਹੈ ਅਤੇ ਉਹ ਆਰਡੀਨੈਂਸ ਨੂੰ ਜਾਰੀ ਕਰਨ ਲਈ ਮਹਿਸੂਸ ਕਰਦੇ ਹਨ ਜੇ ਰਾਜ ਸਭਾ 14 ਦਿਨ ਦੇ ਅੰਦਰ ਬਿੱਲ ਵਾਪਸ ਨਹੀਂ ਕਰਦੀ ਤਾਂ ਇਸ ਨੂੰ ਡੈਸ਼ ਮੰਨਿਆ ਜਾਂਦਾ ਹੈ ਤਾਂ ਇਸ ਨੂੰ पास ਮੰਨਿਆ ਜਾਏਗਾ ਠੀਕ ਹੈ অপਸ਼ਨ ਬੀ রাইਟ ਆਨਸਰ ਹੋ ਜਾਏਗਾ 92 ਦਾ অপਸ਼ਨ ਬੀ ਨੈਕਸਟ ਹੈ ਆਪਣੇ ਕੋਲ ਵਿਕਰਮ ਜੁੱਧ ਦੀ ਸ਼ੁਰੂਆਤ ਡੈਸ਼ ਬੀਸੀ ਵਿੱਚ ਹੋਈ ਸੀ ਇਸ ਦਾ ਸਹੀ ਉੱਤਰ ਬਣਦਾ ਹੈ ਆਪਣੇ ਕੋਲ অপਸ਼ਨ ਆ ਅ ਡੀ 57 ਠੀਕ ਹੈ 93 ਦਾ অপਸ਼ਨ ਡੀ রাইਟ ਆਨਸਰ ਇਹ ਇੱਥੇ ਲਿਖੇ ਕਿਸ ਕਿਸ ਦੇਸ਼ ਤੋਂ ਭਾਰਤੀ ਸੰਵਿਧਾਨ ਸੰਵਿਧਾਨ ਵਿੱਚ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਲਏ ਗਏ ਹਨ ਕਿਸ ਦੇਸ਼ ਤੋਂ ਨਿਰਦੇਸ਼ਕ ਸਿਧਾਂਤ ਲਏ ਗਏ ਹਨ ਸੋਚੋ ਆਨਸਰ ਇਸ ਦਾ ਇੱਕ ਕੁਐਸਚਨ ਕਰਵਾਇਆ ਹੋਇਆ ਮੈਂ ਸਹੀ ਉੱਤਰ ਹੈ ਆਇਰਲੈਂਡ ਠੀਕ ਹੈ ਕੌਨਸਟੇਬਲ ਦੇ ਪੇਪਰ ਵਿੱਚ ਵੀ ਤੁਹਾਨੂੰ ਇਸ ਤਰ੍ਹਾਂ ਦੇ ਹੀ ਕੁਐਸਚਨ ਆਉਣਗੇ ਮੈਂ ਤੁਹਾਨੂੰ ਇਹਨਾਂ ਵਿੱਚੋਂ ਕਾਫੀ ਕੁਐਸਚਨ ਕਰਵਾਏ ਵੀ ਹੋਏ ਆ ਅੱਗੇ ਵੀ ਤੁਹਾਨੂੰ ਕਰਵਾਉਂਗਾ ਠੀਕ ਹੈ 95 ਨੰਬਰ ਦਾ ਕੁਐਸਚਨ ਕੁਐਸਚਨ ਹੈ ਆਪਣੇ ਕੋਲ ਇੱਥੇ ਲਿਖਿਆ ਵਿੱਚੋਂ ਕਿਹੜਾ ਰਾਜ ਸਰਕਾਰ ਦੀਆਂ ਭੂਮੀ ਮਕਾਮਾਂ ਤੇ ਜ਼ਿੰਮੇਵਾਰੀਆਂ ਦੇ ਅਧੀਨ ਨਹੀਂ ਆਉਂਦਾ ਸਹੀ ਉੱਤਰ ਹੈ ਡਿਫੈਂਸ অপਸ਼ਨ ਡੀ ਨੈਕਸਟ ਕੁਐਸਚਨ ਆਪਣੇ ਕੋਲ ਮਨੀ ਬਿਲ ਜਾਂ ਵਿੱਤ ਮੇ ਬਿਲ ਕਿਸ ਦੀ ਸफारਿਸ਼ ਤੇ ਲੋਕ ਸਭਾ ਵਿੱਚ ਪੇਸ਼ ਕੀਤਾ ਜਾਂਦਾ ਹੈ ਸਹੀ ਉੱਤਰ ਇਸ ਦਾ ਮੰਨਦਾ ਹੈ অপਸ਼ਨ ਡੀ ਰਾਸ਼ਟਰਪਤੀ ਪਰ ਥੋੜਾ ਮੈਨੂੰ ਡਾਊਟ ਹੈ 80% ਮੈਂ ਸ਼ੋਰ ਹਾਂ ਕਿ ਰਾਸ਼ਟਰਪਤੀ ਹੋਣਾ ਚਾਹੀਦਾ ਇਸ ਦਾ ਆਨਸਰ 8 ਲਿਖੇ ਵਿੱਚੋਂ ਕਿਸ ਕਮੇਟੀ ਨੇ ਭਾਰਤੀ ਸੰਵਿਧਾਨ ਵਿੱਚ ਬੁਨਿਆਦੀ ਫਰਜ਼ਾਂ ਨੂੰ ਸ਼ਾਮਿਲ ਕਰਨ ਦਾ ਸੁਝਾਅ ਦਿੱਤਾ ਸਹੀ ਉੱਤਰ ਹੋ ਜਾਏਗਾ ਸਵਰਨ ਸਿੰਘ ਕਮੇਟੀ অপਸ਼ਨ ਏ 97 ਦਾ অপਸ਼ਨ ਏ ਰਾਈਟ ਆਨਸਰ ਹੋ ਜਾਏਗਾ ਅੱਗੇ 98 ਦਾ ਭਾਰਤ ਵਿੱਚ ਸਰਕਾਰ ਦੇ ਤਿੰਨ ਪੱਦਰ ਡੈਸ਼ ਡੈਸ਼ ਅਤੇ ਡੈਸ਼ ਹਨ ਕਿਹੜੇ-ਕਿਹੜੇ ਹਨ ਸਹੀ ਉੱਤਰ ਇਸ ਦਾ ਬਣਦਾ ਹੈ ਆਪਣੇ ਕੋਲ অপਸ਼ਨ ਆ ਮੇਰੇ ਸਾਹਮਣੇ ਏ অপਸ਼ਨ ਸਹੀ ਹੈ ਕੇਂਦਰ ਰਾਜ ਸਥਾਨਿਕ ਠੀਕ ਹੈ ਕੇਂਦਰ ਰਾਜ ਅਤੇ ਸਥਾਨਿਕ ਨੈਕਸਟ ਆਪਣੇ ਕੋਲ ਹਵਾ ਵਿੱਚ ਮੌਜੂਦ ਪਾਣੀ ਦੀ ਭਾਫ਼ ਦੀ ਡਿਗਰੀ ਕੀ ਹੈ ਕੀ ਹੈ ਨਮੀ ਆਸਾਨੀ ਕੁਐਸਚਨ ਹੈ ਇਹ ਨੈਕਸਟ ਆਪਣੇ ਕੋਲ ਪੱਛਮੀ ਗੜਬੜ ਪੂ ਮਦ ਸਾਗਰ ਤੋਂ ਡੈਸ਼ ਤੱਕ ਵਗਦੀ ਹੈ। ਸੋਮੇ ਦਾ ਸੋਮੇ ਕਵੈਸਨ ਦਾ অপਸ਼ਨ ਸੀ ਰਾਈਟ ਆਨਸਰ ਹੋ ਜਾਏਗਾ। ਭਾਰਤ ਦਾ ਉੱਤਰ ਪੱਛਮੀ ਹਿੱਸਾ। 8 ਲਿਖਿਆ ਵਿੱਚੋਂ ਕਿਸ ਵਿੱਚ ਹਵਾ ਦੀ ਗਤੀ ਸਭ ਤੋਂ ਵੱਧ ਹੈ? ਸਭ ਤੋਂ ਜ਼ਿਆਦਾ ਹਵਾ ਦੀ ਗਤੀ ਸਹੀ ਉੱਤਰ ਹੈ ਟਾਰਨੇਡੋ ਠੀਕ ਹੈ। ਥੋੜਾ ਡਾਊਟ ਹੈ ਮਨ ਨੂੰ ਹੈਰੀਕੇਨ ਤੇ ਟਾਰਨੇਡੋ ਦੇ ਵਿੱਚ ਪਰ ਮੇਰੇ ਸਾਹਮਣੇ ਟਾਰਨੇਡੋ ਜਿਹੜੇ ਤੂਫਾਨ ਉਹਨੇ ਜਿਆਦਾ ਖਤਰਨਾਕ ਹੈ ਸੋ ਇਸ ਦੇ ਵਿੱਚ ਹਵਾ ਦੀ ਗਤੀ ਵੱਧ ਹੋਏਗੀ। ਨੈਕਸਟ ਆਪਣੇ ਕੋਲ। ਏਟ ਲਿਖੀਆਂ ਬਿਮਾਰੀਆਂ ਵਿੱਚੋਂ ਕਿਸ ਨੂੰ BCG ਟੀਕੇ ਨਾਲ ਰੋਕਿਆ ਜਾ ਸਕਦਾ ਹੈ? ਚਾਹੀ ਉੱਤਰ ਬਣਦਾ ਹੈ ਇਸ ਦਾ ਟੀਵੀ। ਆਪਸ਼ਨ ਹੈ A। ਨੈਕਸਟ ਆਪਣੇ ਕੋਲ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਕਦੋਂ ਹੋਈ 1962 ਦੇ ਵਿੱਚ ਇਹ ਕੁਐਸਚਨ ਵੀ ਮੈਂ ਕਰਵਾਇਆ ਹੋਇਆ ਦਿੱਲੀ ਵਿੱਚ ਗੁਰਦੁਆਰਾ ਸੀਸਗੰਜ ਅਤੇ ਗੁਰਦੁਆਰਾ ਰਕਾਵਗੰਜ ਕਿਸ ਨੇ ਬਣਵਾਏ ਸਨ ਇਸ ਦਾ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਅ 104 ਦਾ ਆਪਸ਼ਨ ਡੀ ਸਰਦਾਰ ਬਗੇਲ ਸਿੰਘ ਇੱਥੇ ਲਿਖੇ ਵਿੱਚੋਂ ਕਿਸ ਨੇ ਦੋ ਫਿਲਮਾਂ ਕਾਫਿਲਾ ਤੇ ਹਾਈਵੇ ਬਣਾਈਆਂ ਕਾਫਿਲਾ ਤੇ ਹਾਈਵੇ ਕਿਸ ਨੇ ਬਣਾਈਆਂ ਇਹ ਬਣਾਈਆਂ ਅਮਿਤੋਜ ਮਾਨ ਆਪਸ਼ਨ ਏ ਰਾਈਟ ਆਨਸਰ ਹੋ ਜਾਏਗਾ ਅੱਗੇ ਕੁਐਸਚਨ ਆਪਣੇ ਕੋਲ 106 ਭਾਰਤ ਦੀ ਕੇਂਦਰੀ ਸਰਕਾਰ ਦੇ ਮੁੱਖ ਭਾਗ ਕਿਹੜੇ ਹਨ ਕੇਂਦਰੀ ਸਰਕਾਰ ਦੇ ਮੁੱਖ ਭਾਗ ਕਿਹੜੇ ਹਨ 106 ਦਾ ਸਹੀ ਉੱਤਰ ਹੋ ਜਾਏਗਾ ਸੀ ਕਾਰਜਕਾਰੀ ਸੰਸਦ ਅਤੇ ਨਿਆਂਪਾਲਿਕਾ नैक्सट अपने कोठ लिखे किस बंदरगाह बंदरगाह का नाम बदल के श्यामा प्रसाद मुखर्जी बंदरगाह रखा गया है करंट अफेयर का क्वेश्चन है यह सही उत्तर है कलकत्ता नैक्सट अपने को भारत के राष्ट्रपति लोग सभा डैश नहीं कर सकते सही उत्तर हो जाएगा ऑप्शन डी एक सौ अठ का ऑप्शन डी राइट आंसर नैक्सट अपने को ਪਾਰਤ ਬਾਇਓਟੈਕ ਦੁਆਰਾ ਵਿਕਸਿਤ ਕੀਤੀ ਗਈ ਕੋਵਿਡ-19 ਟੀਕੇ ਦਾ ਨਾਮ ਕੀ ਹੈ ਕੋਬਾ ਕੋ ਵੈਕਸਿਨ ਠੀਕ ਹੈ অপਸ਼ਨ ਬੀ ਰਾਈਟ ਆਨਸਰ ਹੋ ਜਾਏਗਾ ਨੈਕਸਟ ਹੈ ਆਪਣੇ ਕੋਲ ਜੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੋਵੇਂ ਉਹਦੇ ਖਾਲੀ ਹੋਣ ਤਾਂ ਰਾਸ਼ਟਰਪਤੀ ਉਪ ਰਾਸ਼ਟਰਪਤੀ ਦੇ ਕਾਰਜ ਕੌਣ ਕਰਦਾ ਹੈ ਇਸ ਦਾ ਸਹੀ ਉੱਤਰ ਭਾਰਤ ਦੇ ਮੁੱਖ ਜੱਜ ਇਹ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਆਨਸਰ ਥੋੜਾ ਡਾਊਟ ਹੈ ਮੈਨੂੰ অপਸ਼ਨ ਡੀ ਰਾਈਟ ਆਨਸਰ 110 ਦਾ ਠੀਕ ਹੈ ਬਾਕੀ ਜੋ ਮੈਂ ਉੱਪਰ ਕੁਐਸਚਨ ਕਰਵਾਇਆ ਕਰੋਨਾ ਵਾਲਾ ਉਹ ਵੀ ਮੈਂ ਕਰੋਨਾ ਦੀ ਸਪੈਸ਼ਲ ਵੀਡੀਓ ਬਣਾਈ ਹੋਈ ਹੈ ਉਸ ਦੇ ਵਿੱਚੋਂ ਕੁਐਸਚਨ ਤੁਹਾਨੂੰ ਕਰਵਾਇਆ ਹੋਇਆ ਸੋ ਮੈਂ ਪਹਿਲਾਂ ਉਸ ਵੀਡੀਓਜ਼ ਵੀ ਕਿਹਾ ਸੀ ਕਿ ਕਰੋਨਾ ਨਾਲ ਰਿਲੇਟਡ ਪੇਪਰ ਦੇ ਵਿੱਚ ਤੁਹਾਨੂੰ ਕੁਐਸਚਨ ਦੇਖਣ ਨੂੰ ਮਿਲੇਗਾ ਠੀਕ ਹੈ ਸੋ ਕਰੋਨਾ ਵਾਲੀ ਉਹ ਵੀਡੀਓ ਜ਼ਰੂਰ ਦੇਖਿਓ ਪਹਿਲਾਂ ਇਸ ਵੀਡੀਓ ਨੂੰ ਦੇਖ ਲਓ ਪੂਰਾ ਭਾਰਤ ਦੇ ਉੱਪਰ ਰਾਸ਼ਟਰਪਤੀ ਦੀ ਚੋਣ ਇਲੈਕਟਰੋਲਰ ਕਾਲਜ ਦੇ ਮੈਂਬਰ ਜਿਨ੍ਹਾਂ ਵਿੱਚ ਡੈਸ਼ ਮੈਂਬਰ ਹੁੰਦੇ ਹਨ ਕਰਦੇ ਹਨ ਇਸ ਦਾ ਰਾਈਟ ਆਨਸਰ ਬਣ ਜੇਗਾ ਆਪਣੇ ਕੋਲ ਆਪਸ਼ਨ ਸੀ ਲੋਕ ਸਭਾ ਤੇ ਰਾਜ ਸਭਾ ਠੀਕ ਹੈ ਆਪਸ਼ਨ ਸੀ ਨੈਕਸਟ ਆ ਆਪਣੇ ਕੋਲ 8 ਲਿਖਿਆ ਵਿੱਚੋਂ ਬੁੱਲੀ ਸ਼ਬਦ ਕਿਸ ਨਾਲ ਜੁੜਿਆ ਹੈ ਬੁੱਲੀ ਸ਼ਬਦ ਕਿਸ ਨਾਲ ਜੁੜਿਆ ਹੈ ਇਸ ਦਾ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਸੀ ਹਾਕੀ ਨਾਲ ਇਹ ਸ਼ਬਦ ਜੁੜਿਆ ਹੈ 8 ਲਿਖਿਆ ਵਿੱਚੋਂ ਕਿਹੜਾ ਜਲਸਮੂ ਅੰਡੇਮਾਨ ਅਤੇ ਨਿਕੋਬਾਰ ਨੂੰ ਵਾਕ ਕਰਦਾ ਹੈ ਇਹ ਕੁਐਸਚਨ ਵੀ ਮੈਂ ਕਰਵਾਇਆ ਹੋਇਆ ਹੈ ਲਗਭਗ 3-4 ਵਾਰੀ ਮੈਂ ਇਹ ਕੁਐਸਚਨ ਕਰਵਾ ਚੁੱਕਿਆ ਹਾਂ 10 डिग्री चैनल ठीक है हू रोट चिट्टा लहू चिट्टा लहू किसने लिखी नानक सिंह ऑप्शन बी राइट आंसर हो जाएगा 114 नंबर नेक्स्ट है पहली बार डूरंड कप किस शहर ਵਿੱਚ आयोजित ਕੀਤਾ ਗਿਆ ਸੀ सही उत्तर हो जाएगा शिमला ऑप्शन सी सेंट्रल एंड स्टेट वेयर हाउसिंग कॉर्पोरेशन ਦਾ ਉਦੇਸ਼ ਡੈਸ਼ ਲਈ ਸਹੂਲਤ ਸਹੂਲਤ ਪ੍ਰਦਾਨ ਕਰਨਾ ਹੈ ਇਸ ਦਾ ਸਹੀ ਆਨਸਰ ਹੈ ਸਟੋਰੇਜ অপشن ਸੀ ਨੈਕਸਟ ਆਪਣੇ ਕੋਲ 8 ਲਿਖਿਆਂ ਵਿੱਚੋਂ ਭਾਰਤੀ ਸੰਵਿਧਾਨ ਦਾ ਕਿਹੜਾ ਆਰਟੀਕਲ ਚੋਣ ਕਮਿਸ਼ਨ ਨਾਲ ਸੰਬੰਧਿਤ ਹੈ ਚੋਣ ਕਮਿਸ਼ਨ ਨਾਲ ਕਿਹੜਾ ਆਰਟੀਕਲ ਸੰਬੰਧਿਤ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ 324 ਇਹਨਾਂ ਵਿੱਚੋਂ ਕਿਹੜਾ ਭਾਰਤ ਦਾ ਸਭ ਤੋਂ ਘੱਟ ਆਬਾਦੀ ਵਾਲਾ ਰਾਜ ਹੈ ਸਭ ਤੋਂ ਘੱਟ ਆਬਾਦੀ ਵਾਲਾ ਰਾਜ ਸਿੱਕਮ ਠੀਕ ਹੈ ਅਤੇ ਸਭ ਤੋਂ ਛੋਟਾ ਰਾਜ ਗੋਆ ਠੀਕ ਹੈ ਕਨਫਿਊਜ਼ ਹੋ ਸਕਦੇ ਆ ਤੁਸੀਂ ਇਸ ਦੇ ਵਿੱਚ ਥੋੜਾ ਮਨ ਨੂੰ ਵੀ ਡਾਊਟ ਹੈ ਪਰ ਸਿੱਕਮ ਇਸ ਦਾ ਰਾਈਟ ਆਨਸਰ ਹੋਣਾ ਚਾਹੀਦਾ ਹੈ ਵਿਧਾਨ ਸਭਾ ਦਾ ਸਪੀਕਰ ਕੌਣ ਨਿਯੁਕਤ ਕਰਦਾ ਹੈ 119 ਦਾ ਇਸ ਦਾ ਰਾਈਟ ਆਨਸਰ ਹੋਣਾ ਚਾਹੀਦਾ ਹੈ অপਸ਼ਨ ਸੀ ਵਿਧਾਨ ਸਭਾ ਦੇ ਮੈਂਬਰ ਠੀਕ ਹੈ ਇਸ ਦੇ ਉੱਤੇ ਵੀ ਥੋੜਾ ਡਾਊਟ ਹੈ ਮਨ ਨੂੰ ਮੇਰੇ ਸਾਹਮਣੇ ਨਾਲ ਸੀ অপশন ਬਣਦਾ ਹੈ ਭਾਰਤੀ ক্রিকেট ਵਿੱਚ ਪਹਿਲਾ ਸੈਂਕੜਾ ਕਿਸ ਨੇ ਬਣਾਇਆ ਸੀ ਇਸ ਦਾ ਰਾਈਟ ਆਨਸਰ ਹੈ ਲਾਲਾ ਅਮਰਨਾਥ অপশন ਸੀ ਟੈਸਟ ক্রিকেট ਵਿੱਚ ਲਾਲਾ ਅਮਰਨਾਥ ਨੇ ਫਸਟ ਸੈਂਚਰੀ ਬਣਾਈ ਸੀ ਠੀਕ ਹੈ ਸੋ ਇਹ ਕੁਐਸਚਨ ਸੀ ਜੇਲ ਬਾਰਡਰ ਦੇ ਮੈਂ ਅਲੱਗ-ਅਲੱਗ ਸੈਕਸ਼ਨਾਂ ਦੇ ਵੀ ਕੁਐਸਚਨ ਤੁਹਾਨੂੰ ਕਰਵਾ ਦਊਂਗਾ ਜਿਵੇਂ ਕਿ ਪੰਜਾਬੀ ਗ੍ਰਾਮਰ ਦੇ ਠੀਕ ਹੈ ਸਾਰੇ ਕੁਐਸਚਨ ਮੈਂ ਤੁਹਾਨੂੰ ਅਲੱਗ-ਅਲੱਗ ਕਰਵਾ ਦਊਂਗਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ